ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਇਤਿਹਾਸ ਦੀ ਕਿਤਾਬ 11ਵੀਂ ਅਤੇ 12ਵੀਂ ਕਲਾਸ ਦੀ ਛਾਪੀ ਗਈ ਜਾਂ ਹਾਲੇ ਨਹੀਂ ਛਾਪੀ ਗਈ, ਪਰ ਉਹਦੇ ਮੁਤਲਕ ਬਹੁਤ ਵੱਡੇ ਪੱਧਰ ਦੇ ਉੱਤੇ ਵਿਵਾਦ ਉੱਭਰ ਕੇ ਸਾਹਮਣੇ ਆ ਰਿਹਾ ਅਤੇ ਰਾਜਨੀਤੀ ਵੀ ਇਹਨਾਂ ਕਿਤਾਬਾਂ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਅੰਦਰ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ। ਬੇਸ਼ੱਕ ਕੈਪਟਨ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਅਕਾਲੀ ਦਲ ਦੇ ਵੱਲੋਂ ਇਸ ਮਾਮਲੇ ਦਾ ਪੜੋਲ ਬਣਾਇਆ ਜਾ ਰਿਹਾ, ਇਸ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਤੱਕ ਉਹ ਕਿਤਾਬਾਂ ਛਪੀਆਂ ਹੀ ਨਹੀਂ ਜਿਨ੍ਹਾਂ ਦੇ ਬਾਬਤ ਇਹਨਾਂ ਵੱਲੋਂ ਵਿਵਾਦ ਪੈਦਾ ਕੀਤਾ ਗਿਆ, ਪਰ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਕੈਬਨਿਟ ਦੇ ਕੁਝ ਮੰਤਰੀਆਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸਫਾਈ ਵੀ ਦਿੱਤੀ ਗਈ ਪ੍ਰੈਸ ਕਾਨਫਰੰਸ ਕਰਕੇ। ਉਹਨਾਂ ਨੇ ਇਹ ਗੱਲ ਕਹੀ ਕਿ ਅਸਲ ਦੇ ਵਿੱਚ ਇਹ ਮਾਮਲਾ ਮਹਿੰਗੇ ਮੁੱਲ ਦੀਆਂ ਕਿਤਾਬਾਂ ਛਾਪਣ ਨਾਲ ਜੁੜਿਆ ਹੋਇਆ, ਕਿਉਂਕਿ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਕਿਤਾਬ ਛਾਪੀ ਗਈ ਆ ਉਹਦੀ ਕੀਮਤ ਹੈ 90 ਰੁਪਏ, ਅਤੇ ਜਿਹੜੇ ਬਾਕੀ ਪ੍ਰਕਾਸ਼ਕ ਆ ਉਹ ਛਾਪਦੇ ਹੈਗੇ ਆ, ਕਿਤਾਬ ਦਿੰਦੇ ਹੈਗੇ ਆ 500 ਰੁਪਏ ਦੇ ਵਿੱਚ। ਇਸ ਕਰਕੇ ਇਸ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਸਿੱਖ ਇਤਿਹਾਸ ਦੇ ਖਿਲਾਫ ਨਹੀਂ, ਅਸੀਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਬਰਕਰਾਰ ਰੱਖਿਆ ਕਿਉਂਕਿ ਅਸੀਂ ਸਿੱਖੀ ਦੀ ਅਤੇ ਸਿੱਖ ਇਤਿਹਾਸ ਦੀ ਬਹੁਤ ਕਦਰ ਕਰਦੇ ਹਾਂ। ਪਰ ਅਕਾਲੀ ਦਲ ਦੇ ਵੱਲੋਂ ਆਪਣੀ ਮੀਟਿੰਗ ਆ ਜਿਹੜੀ ਉਹ ਅੱਜ ਕੀਤੀ ਗਈ ਹੈ, ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਮੁਤਲਕ ਹੁਣ ਅਸੀਂ ਪੰਜਾਬ ਦੇ ਰਾਜਪਾਲ ਬਦਨੌਰ ਹੋਰਾਂ ਨੂੰ ਇੱਕ ਮੈਮੋਰੰਡਮ ਦੇਵਾਂਗੇ ਕਿ ਪੰਜਾਬ ਦੇ ਅੰਦਰ ਸਿੱਖ ਇਤਿਹਾਸ ਦੇ ਉੱਤੇ ਕਿਵੇਂ ਡਾਕਾ ਮਾਰਨ ਦੀ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਬਹੁਤ ਕਮਾਲ ਦੀ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਉਹਦੇ ਉੱਤੇ ਹੈਰਾਨੀ ਵੀ ਹੁੰਦੀ ਹੈ ਅਤੇ ਪਰੇਸ਼ਾਨੀ ਵੀ। ਸ਼ਹੀਦ ਊਧਮ ਸਿੰਘ ਹੋਰਾਂ ਨੇ ਸ਼ਹਾਦਤ ਤੋਂ ਪਹਿਲਾਂ, ਯਾਨੀ ਕਿ ਫਾਂਸੀ ਦੇ ਰੱਸੇ ਨੂੰ ਗਲ ਦੇ ਵਿੱਚ ਪਾਉਣ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ, ਇਹ ਅਸੀਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਿਆ। ਪਰ ਜਿਹੜੀ ਕਿਤਾਬ ਛਾਪੀ ਗਈ ਹੈ ਜਿਹਦੇ ਬਾਬਤ ਵਿਵਾਦ ਪੈਦਾ ਹੋਇਆ ਉਹਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਸ਼ਹੀਦ ਊਧਮ ਸਿੰਘ ਨੇ ਫਾਂਸੀ ਦੇ ਉੱਤੇ ਲਟਕਣ ਤੋਂ ਪਹਿਲਾਂ, ਫਾਂਸੀ ਚੜ੍ਹਨ ਤੋਂ ਪਹਿਲਾਂ ਸਹੁੰ ਚੁੱਕੀ ਸੀ ਹੀਰ ਰਾਂਝੇ ਦੀ। ਇਹ ਗੱਲ ਆਪਣੇ ਆਪ ਦੇ ਵਿੱਚ ਅਟਪਟੀ ਵੀ ਹੈ ਅਤੇ ਸ਼ਰਮਨਾਕ ਵੀ ਹੈ, ਕਿਉਂਕਿ ਅਸੀਂ ਸ਼ਹੀਦਾਂ ਦੀਆਂ ਸ਼ਹਾਦਤਾਂ ਦੀ ਕਦਰ ਨਹੀਂ ਕਰਦੇ ਕਈ ਵਾਰ, ਅਤੇ ਅਸੀਂ ਸ਼ਹੀਦਾਂ ਦੇ ਵਿਚਾਰਾਂ ਅਤੇ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਤੋਂ ਬਾਗੀ ਹੋ ਜਾਂਦੇ ਹਾਂ। ਕੀ ਇਸ ਗੱਲ ਦੇ ਉੱਤੇ ਯਕੀਨ ਕੀਤਾ ਜਾਵੇ ਕਿ ਸ਼ਹੀਦ ਊਧਮ ਸਿੰਘ ਨੇ ਹੀਰ ਰਾਂਝੇ ਦੀ ਸਹੁੰ ਚੁੱਕੀ ਸੀ? ਇਸ ਕਿਤਾਬ ਦੇ ਵਿੱਚ ਤਾਂ ਮੰਗਲ ਪਾਂਡੇ ਬਾਰੇ ਵੀ ਕਮਾਲ ਦੀ ਗੱਲ ਲਿਖੀ ਗਈ ਹੈ। ਕਹਿੰਦੇ ਵੀ ਜੇਕਰ ਉਹਦੇ ਬਾਰੇ ਜਾਣਨਾ ਹੋਵੇ ਤਾਂ ਆਮਿਰ ਖਾਨ ਦੀ ਫਿਲਮ ਲਗਾਨ ਦੇਖੀ ਜਾ ਸਕਦੀ ਹੈ ਜਾਂ ਕੁਝ ਇੱਕ ਹੋਰ ਫਿਲਮਾਂ ਦੇ ਨਾਂ ਲਏ ਗਏ ਆ। ਮੈਂ ਇਸ ਮਾਮਲੇ ਦੇ ਉੱਤੇ ਥੋੜ੍ਹਾ ਜਿਹਾ ਹੈਰਾਨ ਵੀ ਹਾਂ ਅਤੇ ਪਰੇਸ਼ਾਨ ਵੀ ਹਾਂ। ਭਾਵੇਂ ਗੱਲ ਕਰੀਏ ਅਸੀਂ ਫਿਲਮਾਂ ਦੀ, ਉਹਨਾਂ ਦੀ ਆਪਣੀ ਮਹੱਤਤਾ ਹੋ ਸਕਦੀ ਹੈ, ਪਰ ਜੇਕਰ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਫਿਰ ਇਹੋ ਜਿਹੀਆਂ ਹੂੜ ਮੱਤੀਆਂ ਨਹੀਂ ਕਰਨੀਆਂ ਚਾਹੀਦੀਆਂ। ਅਤੇ ਜਿਹੜੀ ਰਿਪੋਰਟ ਸਾਡੇ ਤੱਕ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਨਾਲ ਛੇੜਖਾਨੀ ਤੋਂ ਇਨਕਾਰ ਕਰ ਰਹੇ ਨੇ, ਪਰ ਇਸ ਬਾਰੇ ਸ਼੍ਰੋਮਣੀ ਕਮੇਟੀ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿੱਤੀ ਹੈ। ਕਮੇਟੀ ਨੇ ਜਾਂਚ ਦੌਰਾਨ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ 'ਚ ਵੱਡੀਆਂ ਗੜਬੜੀਆਂ ਪਾਈਆਂ ਨੇ। ਇਸ ਤੋਂ ਬਾਅਦ SGPC ਨੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਤੁਰੰਤ ਗਲਤੀਆਂ ਸੁਧਾਰਨ ਦੀ ਸਿਫਾਰਿਸ਼ ਕੀਤੀ ਹੈ। 12ਵੀਂ ਜਮਾਤ ਦੀ ਇਤਿਹਾਸ ਦੀ ਨਵੀਂ ਕਿਤਾਬ ਦੇ ਵਿੱਚ ਸ਼ਹੀਦ ਊਧਮ ਸਿੰਘ ਬਾਰੇ ਨਵੇਂ ਹੈਰਾਨੀਜਨਕ ਤੱਥ ਪੇਸ਼ ਕੀਤੇ ਗਏ ਨੇ। ਕਿਤਾਬ ਦੇ ਵਿੱਚ ਕਿਹਾ ਗਿਆ ਕਿ ਸ਼ਹੀਦ ਊਧਮ ਸਿੰਘ ਨੇ ਫਾਂਸੀ ਤੋਂ ਪਹਿਲਾਂ ਵਾਰਸ ਸ਼ਾਹ ਵੱਲੋਂ ਰਚੀ ਗਈ ਹੀਰ ਦੀ ਸਹੁੰ ਚੁੱਕੀ ਸੀ, ਜਦਕਿ ਇਸ ਤੋਂ ਪਹਿਲੀਆਂ ਕਿਤਾਬਾਂ ਦੇ ਮੁਤਾਬਕ ਊਧਮ ਸਿੰਘ ਨੇ ਫਾਂਸੀ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ। ਇੰਨਾ ਹੀ ਨਹੀਂ, ਕਿਤਾਬ ਦੇ ਵਿੱਚ ਲਿਖਿਆ ਗਿਆ ਕਿ ਜੇਕਰ ਵਿਦਿਆਰਥੀਆਂ ਨੇ ਮੰਗਲ ਪਾਂਡੇ ਬਾਰੇ ਜਾਣਨਾ ਤਾਂ ਆਮਿਰ ਖਾਨ ਅਤੇ ਰਾਣੀ ਮੁਖਰਜੀ ਦੀ ਫਿਲਮ ਦੇਖਣ। ਇਸ ਫਿਲਮ ਵਿੱਚੋਂ ਇਤਿਹਾਸਿਕ ਤੱਥ ਲੈ ਕੇ ਉਹਨਾਂ ਦੇ ਉੱਤੇ ਕੁਝ ਲਿਖਣ ਲਈ ਵੀ ਕਿਹਾ ਗਿਆ। ਮੰਗਲ ਪਾਂਡੇ 1857 ਦੀ ਆਜ਼ਾਦੀ ਦੀ ਲੜਾਈ ਦਾ ਪਹਿਲਾ ਸ਼ਹੀਦ ਸੀ। ਪਹਿਲਾਂ ਤੋਂ ਮੌਜੂਦ ਇਤਿਹਾਸਿਕ ਤੱਥਾਂ ਮੁਤਾਬਕ ਸੂਫੀ ਮੱਤ ਦਾ ਜਨਮਦਾਤਾ ਬਾਬਾ ਫਰੀਦ ਜੀ ਨੂੰ ਮੰਨਿਆ ਗਿਆ, ਪਰ ਨਵੀਂ ਕਿਤਾਬ ਦੇ ਮੁਤਾਬਕ ਸਖੀ ਸਰਵਰ ਸੈਯਦ ਅਹਿਮਦ ਸੁਲਤਾਨ ਵੱਲੋਂ ਸੂਫ ਮੱਤ ਦੀ ਸ਼ੁਰੂਆਤ ਦੱਸੀ ਗਈ ਹੈ। ਸਖੀ ਸਰਵਰ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਜੋੜ ਦਿੱਤਾ ਗਿਆ। ਕਿਤਾਬ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਰੇਸ਼ਮਾ ਨੇ ਸਖੀ ਸਰਵਰ ਦਾ ਗੀਤ ਲਾਲ ਮੇਰੀ ਪੱਤ ਰੱਖੀ ਉਹ ਗਾਇਆ ਸੀ। ਸਿੱਖ ਧਰਮ ਦੇ ਵਿੱਚ ਗੁਰਗੱਦੀ ਪ੍ਰਥਾ ਪ੍ਰਚਲਿਤ ਸੀ। ਗੁਰਗੱਦੀ ਸੌਂਪ ਕੇ ਹੀ ਅਗਲਾ ਗੁਰੂ ਮੰਨਿਆ ਜਾਂਦਾ ਸੀ, ਪਰ ਕਿਤਾਬ ਦੇ ਵਿੱਚ ਗੁਰਗੱਦੀ ਨੂੰ ਨਿਯੁਕਤੀ ਕਰਾਰ ਦਿੰਦਿਆਂ ਲਿਖਿਆ ਗਿਆ ਕਿ ਗੁਰੂ ਅੰਗਦ ਦੇਵ ਜੀ ਦੀ ਨਿਯੁਕਤੀ ਹੋਈ ਸੀ। ਸ਼ਹਾਦਤ ਦਾ ਜ਼ਿਕਰ ਨਾ ਕਰਦਿਆਂ ਲਿਖਿਆ ਗਿਆ ਕਿ ਮੀਰ ਮੰਨੂ ਨੇ ਸਿੱਖਾਂ ਨੂੰ ਫਾਹੇ ਲਾਇਆ ਸੀ। ਇਤਿਹਾਸ ਨਾਲ ਕੀਤੀ ਛੇੜਖਾਨੀ ਦਾ ਪ੍ਰਮਾਣ ਇਹ ਵੀ ਹੈ ਕਿ ਕਿਤਾਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਭਗਤੀ ਲਹਿਰ ਨੂੰ ਰਾਮ ਭਗਤੀ ਲਹਿਰ ਨਾਲ ਜੋੜ ਦਿੱਤਾ ਗਿਆ। ਕਿਤਾਬ ਦੇ ਵਿੱਚ ਪੰਜਾਬੀਆਂ ਵੱਲੋਂ ਆਜ਼ਾਦੀ ਲਹਿਰ ਵਿੱਚ ਪਾਏ ਗਏ ਯੋਗਦਾਨ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ। ਇੱਥੋਂ ਤੱਕ ਕਿਹਾ ਗਿਆ ਕਿ ਪੰਜਾਬ ਦਾ ਆਜ਼ਾਦੀ ਲਹਿਰ ਨਾਲ ਕੋਈ ਖਾਸ ਵਾਸਤਾ ਨਹੀਂ, ਸਗੋਂ ਆਜ਼ਾਦੀ ਦੇ ਜ਼ਿਆਦਾਤਰ ਨਾਇਕ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਦੱਸੇ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਇੱਕ ਵੱਖਰੀ ਕਮੇਟੀ
ਤਿਆਰ ਕੀਤੀ ਗਈ ਸੀ ਅਤੇ ਉਸ ਕਮੇਟੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ। ਰਿਪੋਰਟ ਦੇ ਵੱਲ ਜੇਕਰ ਅਸੀਂ ਝਾਤ ਮਾਰ ਗਏ ਜਾਂ ਉਹਦੇ ਆਧਾਰ ਦੇ ਉੱਤੇ ਜਿਹੜੀ ਇਹ ਖਬਰ ਉੱਭਰ ਕੇ ਸਾਹਮਣੇ ਆਈ ਹੈ ਇਹਦੀ ਪੜਚੋਲ ਕਰ ਗਏ ਤਾਂ ਸੱਚੀ ਮੁੱਚੀ ਸ਼ਰਮਨਾਕ ਗੱਲ ਹੈ। ਜੇਕਰ ਬਿਲਕੁਲ ਇਹੀ ਕੁਝ ਕਿਤਾਬ ਦੇ ਵਿੱਚ ਲਿਖਿਆ ਗਿਆ ਕਿ ਮੰਗਲ ਪਾਂਡੇ ਬਾਰੇ ਜਾਣਕਾਰੀ ਜੇਕਰ ਹਾਸਲ ਕਰਨੀ ਹੈ ਤਾਂ ਰਾਣੀ ਮੁਖਰਜੀ ਅਤੇ ਅਮਰ ਖਾਨ ਦੀ ਫਿਲਮ ਦੇਖ ਲਵੋ। ਇਹਦਾ ਮਤਲਬ ਇੱਕੋ ਹੀ ਹੈ ਕਿ ਅਸੀਂ ਮੰਗਲ ਪਾਂਡੇ ਜਿਹਨੇ ਚਰਬੀ ਵਾਲੇ ਕਾਰਤੂਸਾਂ ਦਾ ਵਿਰੋਧ ਕੀਤਾ ਸੀ ਅਤੇ 1857 ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ਉਹਦੀ ਬੇਕਦਰੀ ਕਰ ਰਹੇ ਹਾਂ, ਉਹਦੀ ਬੇਇੱਜ਼ਤੀ ਕਰ ਰਹੇ ਹਾਂ। ਸਾਨੂੰ ਚਾਹੀਦਾ ਤਾਂ ਇਹ ਹੈ ਕਿ ਅਸੀਂ ਸ਼ਹੀਦਾਂ ਦਾ ਸਤਿਕਾਰ ਕਰੀਏ ਭਾਵੇਂ ਉਹ ਕਿਸੇ ਵੀ ਧਰਮ ਦੇ ਕਿਉਂ ਨਾ ਹੋਣ, ਭਾਵੇਂ ਉਹ ਕਿਸੇ ਵੀ ਸੂਬੇ ਦੇ ਕਿਉਂ ਨਾ ਹੋਣ। ਜੇਕਰ ਅਸੀਂ ਵਿਦਿਆਰਥੀਆਂ ਨੂੰ ਇਹ ਗੱਲ ਕਹਾਂਗੇ ਕਿ ਫਿਲਮਾਂ ਦੇਖ ਲਓ ਤੁਹਾਨੂੰ ਇਤਿਹਾਸ ਬਾਰੇ ਜਾਣਕਾਰੀ ਮਿਲ ਜੂਗੀ, ਅਤੀਤ ਬਾਰੇ ਜਾਣਕਾਰੀ ਮਿਲੂਗੀ, ਤਾਂ ਇਹਦਾ ਮਤਲਬ ਇਹੀ ਹੈ ਕਿ ਅਸੀਂ ਉਹਨਾਂ ਨੂੰ ਕਿਤਾਬਾਂ ਦੇ ਨਾਲੋਂ, ਅਸੀਂ ਉਹਨਾਂ ਨੂੰ ਇਤਿਹਾਸਕ ਦਸਤਾਵੇਜ਼ਾਂ ਦੇ ਨਾਲੋਂ ਤੋੜ ਕੇ ਸਿਰਫ ਅਤੇ ਸਿਰਫ ਫਿਲਮੀ ਰੰਗ ਦੇ ਵਿੱਚ ਰੰਗਣਾ ਚਾਹੁੰਦੇ ਹਾਂ। ਅਤੇ ਜਿਹੜੀ ਉਮਰ ਦੇ ਵਿੱਚ ਇਹ ਕਿਤਾਬਾਂ ਵਿਦਿਆਰਥੀਆਂ ਨੇ ਪੜ੍ਹਨੀਆਂ ਉਸ ਉਮਰ ਦੇ ਵਿੱਚ ਬਹੁਤ ਘੱਟ ਵਿਦਿਆਰਥੀ ਹੁੰਦੇ ਜਿਹੜੇ ਇਤਿਹਾਸ ਬਾਰੇ ਜਾਣਨ ਦੀ ਖਾਤਰ ਕਿਤਾਬਾਂ ਦੀ ਮਸ ਰੱਖਦੇ ਆ। ਉਹ ਚਾਹੁੰਦੇ ਆ ਕਿ ਅਸੀਂ ਫਿਲਮਾਂ ਦੇਖ ਕੇ ਸਾਰ ਲੱਗੇ ਅਤੇ ਅਸੀਂ ਖੁਦ ਕਹਿਣ ਲੱਗ ਪਏ ਹਾਂ, ਕਿਤਾਬਾਂ ਦੇ ਵਿੱਚ ਲਿਖਣ ਲੱਗ ਪਏ ਹਾਂ ਕਿ ਫਿਲਮਾਂ ਦੇਖ ਲਓ ਤੁਹਾਨੂੰ ਸਾਰਾ ਕੁਝ ਆਪੇ ਹੀ ਮਿਲ ਜਾਣਾ। ਹੁਣ ਤੱਕ ਅਸੀਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹਾਂ, ਇਹ ਗੱਲ ਕਹਿੰਦੇ ਆਏ ਹਾਂ ਕਿ ਉਹ ਇੱਕ ਸੰਜੀਦਾ ਵਿਅਕਤੀਤਵ ਦੇ ਮਾਲਕ ਸਨ। ਉਹਨਾਂ ਦੇ ਵੱਲੋਂ ਫਾਂਸੀ ਦਾ ਰੱਸਾ ਗਲ ਦੇ ਵਿੱਚ ਪਾਉਣ ਤੋਂ ਪਹਿਲਾਂ ਸਹੁੰ ਚੁੱਕੀ ਗਈ ਸੀ ਗੁਟਕਾ ਸਾਹਿਬ ਦੀ, ਪਰ ਇਹ ਕਿਤਾਬ ਕਹਿੰਦੀ ਆ ਕਿ ਵਾਰਸ ਸ਼ਾਹ ਦੀ ਹੀਰ ਦੀ ਸਹੁੰ ਚੁੱਕੀ ਸੀਗੀ ਉਹਨਾਂ ਨੇ। ਸੋ ਇਹ ਇੱਕ ਹੋਰ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਖੁਦ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿ 4 ਹਫ਼ਤਿਆਂ ਦੇ ਵਿੱਚ ਪੰਜਾਬ 'ਚੋਂ ਨਸ਼ਾ ਖਤਮ ਕਰ ਦੇਣਾ, ਉਸ ਸਹੁੰ ਨੂੰ ਤੋੜ ਦਿੱਤਾ। ਇਹਦਾ ਮਤਲਬ ਇਹ ਹੈ ਕਿ ਸਾਡੇ ਸ਼ਹੀਦਾਂ ਨੂੰ ਵੀ ਗੁਟਕਾ ਸਾਹਿਬ ਦੀ ਕਦਰ ਨਹੀਂ ਸੀ, ਉਹ ਤਾਂ ਸਿਰਫ ਅਤੇ ਸਿਰਫ ਹੀਰਾਂ ਦੀ ਗੱਲ ਕਰਦੇ ਸੀ, ਉਹ ਤਾਂ ਸਿਰਫ ਅਤੇ ਸਿਰਫ ਰਾਂਝਿਆਂ ਦੀ ਗੱਲ ਕਰਦੇ ਸੀ। ਇਹ ਉਹ ਸ਼ਰਮਨਾਕ ਗੱਲਾਂ ਜਿਨ੍ਹਾਂ ਦੇ ਉੱਤੇ ਜੋ ਵੀ ਬੋਲਿਆ ਜਾਵੇ ਉਹ ਘੱਟ ਹੈ। ਇਸ ਕਿਤਾਬ ਦੇ ਮੁਤਾਬਕ ਨਿਯੁਕਤੀ ਜਿਵੇਂ ਲਿਖਿਆ ਗਿਆ, ਗੁਰੂ ਸਾਹਿਬਾਨ ਦੀ ਨਿਯੁਕਤੀ ਹੋਈ, ਇਹ ਕੋਈ ਮੰਡੀ ਬੋਰਡ ਦੇ ਚੇਅਰਮੈਨ ਤਾਂ ਨਿਯੁਕਤ ਨਹੀਂ ਕੀਤੇ ਗਏ। ਗੁਰੂ ਸਾਹਿਬਾਨ ਨੇ ਇੱਕ ਪਰੰਪਰਾ ਸੀ, ਉਹ ਸਿਧਾਂਤਾਂ ਮੁਤਾਬਕ, ਉਹ ਪਰੰਪਰਾ ਦੇ ਮੁਤਾਬਕ ਸਾਡੀ ਜ਼ਿਹਨੀਅਤ ਦੇ ਵਿੱਚ ਬਹੁਤ ਮਹੱਤਵਪੂਰਨ ਗੱਲ ਹੈ, ਪਰ ਅਸੀਂ ਉਹਨਾਂ ਨੂੰ ਆਮ ਇਨਸਾਨ ਬਣਾਈ ਜਾਂਦੇ ਹਾਂ। ਅਸੀਂ ਇਹ ਗੱਲ ਕਹਿੰਦੇ ਨਿਯੁਕਤੀ ਹੋਈ, ਨਿਯੁਕਤੀ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ, ਜਿਹਨੂੰ ਮਰਜ਼ੀ ਲਾ ਦਿੱਤਾ ਜਾਂਦਾ, ਜਿਹਨੂੰ ਮਰਜ਼ੀ ਚੜ੍ਹਾ ਦਿੱਤਾ ਜਾਂਦਾ, ਪਰ ਕਿਤਾਬਾਂ ਦੇ ਵਿੱਚ ਇਹੋ ਜਿਹਾ ਕੁਝ ਦਰਜ ਨਹੀਂ ਹੋਣਾ ਚਾਹੀਦਾ। ਜਿਹੜੇ ਵੀ ਮੰਤਰੀ ਸਾਹਿਬਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਇਹ ਗੱਲ ਕਹੀ ਆ ਵੀ ਭਾਈ ਕਿਤਾਬ ਦੇ ਵਿੱਚ ਗਲਤ ਕੁਝ ਨਹੀਂ, ਉਹਨਾਂ ਜੇਕਰ ਮੰਤਰੀਆਂ ਨੂੰ ਇਹੋ ਜਿਹੇ ਸਵਾਲ ਕਰਦੇ ਪੱਤਰਕਾਰ ਕਿ ਕੀ ਤੁਹਾਨੂੰ ਪਤਾ ਵੀ ਉਹਨਾਂ ਕਿਤਾਬਾਂ ਦੇ ਵਿੱਚ 11ਵੀਂ ਅਤੇ 12ਵੀਂ ਕਿਤਾਬ ਦੇ ਵਿੱਚ ਲਿਖਿਆ ਕੀ ਗਿਆ, ਮੇਰਾ ਖਿਆਲ ਆ ਉਹਨਾਂ ਨੂੰ ਉੱਤਰ ਨਹੀਂ ਸੀ ਆਉਣਾ। ਅੱਜ ਵੈਸੇ ਵੀ ਜਦੋਂ ਪੱਤਰਕਾਰਾਂ ਨੇ ਥੋੜ੍ਹੇ ਜਿਹੇ ਤਿੱਖੇ ਸਵਾਲ ਪੁੱਛੇ ਕੈਬਨਿਟ ਮੰਤਰੀਆਂ ਨੂੰ ਤਾਂ ਫਿਰ ਉਹਨਾਂ ਦੇ ਕੋਲ ਖਹਿੜਾ ਛਡਾਉਣ ਦੇ ਲਈ ਕੋਈ ਬਹਾਨਾ ਨਹੀਂ ਸੀ ਲੱਭਦਾ, ਫਿਰ ਉਹ ਪੱਤੇ ਤੀਰ ਹੋ ਗਏ, ਉੱਥੋਂ ਫੁਰ ਹੋ ਗਏ। ਭਾਵੇਂ ਕਿ ਮਨਪ੍ਰੀਤ ਸਿੰਘ ਬਾਦਲ ਇਹ ਗੱਲ ਕਹੀ ਜਾਂਦੇ ਆ ਕਿ ਜੀ ਇਹ ਤਾਂ ਇੱਕ ਬਹੁਤ ਵੱਡਾ ਮਾਫੀਆ ਜਿਹੜਾ ਕਿਤਾਬਾਂ ਨਾਲ ਜੁੜਿਆ ਹੋਇਆ ਉਹਦੇ ਵੱਲੋਂ ਪੜੋਲ ਬਣਾਇਆ ਗਿਆ, ਭਾਵੇਂ ਕਿ ਕੁਝ ਹੋਰ ਮੰਤਰੀ ਵੀ ਇਹ ਗੱਲ ਕਹਿੰਦੇ ਆ ਵੀ ਅਸੀਂ ਸਿੱਖ ਇਤਿਹਾਸ ਨਾਲ ਕੋਈ ਛੇੜਖਾਨੀ ਨਹੀਂ ਕੀਤੀ, ਪਰ ਇਹ ਸੱਚੀ ਗੱਲ ਹੈ ਕਿ ਕਿਤਾਬਾਂ ਨੂੰ ਮਧਰੀਆਂ ਕਰ ਦਿੱਤਾ ਗਿਆ। 350 ਸਫ਼ੇ ਦੀ ਜਿਹੜੀ ਕਿਤਾਬ ਸੀ ਉਹਨੂੰ ਅੱਧੇ ਸਫ਼ਿਆਂ ਦੀ ਕਰ ਦਿੱਤਾ ਗਿਆ ਜਾਂ ਅੱਧੋਂ ਥੋੜ੍ਹੇ ਜਿਹਾ ਵੱਧ ਹੈ, ਅਤੇ ਜੇਕਰ ਉਹਦਾ ਕੱਦ ਛੋਟਾ ਹੋਇਆ ਤਾਂ ਉਹਦੇ ਵਿੱਚ ਜਿਹੜੇ ਅਧਿਆਏ ਨੇ, ਜਿਹੜੇ ਚੈਪਟਰ ਨੇ ਉਹ ਵੀ ਘੱਟ ਹੋਏ ਹੋਣਗੇ, ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਉਮਰ ਦੇ ਵਿੱਚ ਜਦੋਂ ਸਾਨੂੰ ਵੱਧ ਤੋਂ ਵੱਧ ਇਤਿਹਾਸ ਪੜ੍ਹਾਉਣਾ ਚਾਹੀਦਾ ਵਿਦਿਆਰਥੀਆਂ ਨੂੰ 11ਵੀਂ ਅਤੇ 12ਵੀਂ ਕਲਾਸ ਦੇ ਵਿੱਚ, ਵਿਦਿਆਰਥੀ ਦੀ ਉਮਰ ਆਪਾਂ ਸਮਝ ਸਕਦੇ ਹਾਂ ਵੀ 17, 18 ਜਾਂ 19 ਸਾਲ ਦੀ ਹੋਊਗੀ, ਉਸ ਉਮਰ ਦੇ ਵਿੱਚ ਵੱਧ ਤੋਂ ਵੱਧ ਸਾਨੂੰ ਅਤੀਤ ਦੇ ਬਾਬਤ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਅਗਲੀਆਂ ਪ੍ਰੀਖਿਆਵਾਂ, ਅਗਲੀਆਂ ਕਲਾਸਾਂ, ਜ਼ਿੰਦਗੀ ਦੇ ਹਰ ਮੋੜ ਦੇ ਉੱਤੇ ਜਿੱਥੇ ਮੁਕਾਬਲਾ ਲੜਨਾ ਉਹਦੇ ਨਾਲ ਉਹ ਸਿੱਝਣ ਦੇ ਲਈ ਤਿਆਰ ਬਰਤਿਆਰ ਹੋਣ, ਮਾਨਸਿਕ ਤੌਰ ਦੇ ਉੱਤੇ, ਜਾਣਕਾਰੀ ਦੇ ਪੱਧਰ 'ਤੇ। ਪਰ ਜਿਹੋ ਜਿਹੀਆਂ ਜਾਣਕਾਰੀਆਂ ਅਸੀਂ ਦੇ ਰਹੇ ਹਾਂ ਮੰਗਲ ਪਾਂਡੇ ਦੇ ਬਾਰੇ, ਗੁਰੂ ਸਾਹਿਬਾਨ ਦੇ ਬਾਰੇ, ਸ਼ਹੀਦਾਂ ਦੇ ਬਾਰੇ, ਸ਼ਰਮ ਹੀ ਕੀਤੀ ਜਾ ਸਕਦੀ ਹੈ, ਹੋਰ ਕੁਝ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੋਟੇ ਜਿਹੇ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਭਾਈ ਗੁਰ ਇਕਬਾਲ ਸਿੰਘ ਹੋਰਾਂ ਦੇ ਮੁਤਲਕ ਅਸੀਂ ਪਿਛਲੇ ਦਿਨੀ ਇੱਕ ਖਬਰ ਸਾਂਝੀ ਕੀਤੀ ਸੀ ਕਿ ਉਹਨਾਂ ਦੇ ਨਾਂ ਦੇ ਉੱਤੇ ਇੱਕ ਪੋਸਟਰ ਜਾਰੀ ਹੋਇਆ। ਆਪਾਂ ਜਾਣਦੇ ਹਾਂ ਕਿ ਮਾਤਾ ਕੌਲਾਂ ਜੀ ਟਰੱਸਟ ਦੇ ਨਾਲ ਉਹ ਜੁੜੇ ਹੋਏ ਆ, ਅਤੇ ਇਹ ਵੀ ਪਤਾ ਲੱਗਾ ਸੀ ਵੀ ਉਸ ਪੋਸਟਰ ਦੇ ਵਿੱਚ ਕਈ ਇਹੋ ਜਿਹੇ ਇਤਰਾਜ਼ਯੋਗ ਸ਼ਬਦ ਲਿਖੇ ਗਏ ਆ ਜਿਨ੍ਹਾਂ ਦੇ ਉੱਤੇ ਕਿੰਤੂ ਪਰੰਤੂ ਹੋ ਵੀ ਰਹੀ ਹੈ ਅਤੇ ਹੋਣੀ ਵੀ ਚਾਹੀਦੀ ਸੀ, ਕਿਉਂਕਿ ਜੇਕਰ ਉਹ ਪੋਸਟਰ ਸੱਚਾ ਸੀ ਤਾਂ ਫਿਰ ਇਹਦੇ ਮੁਤਲਕ ਲੋਕਾਂ ਦੇ ਮਨਾਂ ਅੰਦਰ ਰੋਸ ਦੀ ਲਹਿਰ ਪ੍ਰਚੰਡ ਹੋਣੀ ਕੁਦਰਤੀ ਗੱਲ ਸੀ। ਪਰ ਇੱਕ ਗੱਲ ਹੋਰ ਕਹਿਣੀ ਬਣਦੀ ਹੈ ਵੀ ਅਸੀਂ ਉਸ ਦਿਨ ਟਿੱਪਣੀ 'ਚ ਕਿਹਾ ਸੀ ਵੀ ਹੋ ਸਕਦਾ ਭਾਈ ਗੁਰ ਇਕਬਾਲ ਸਿੰਘ ਆਉਂਦੇ ਸਮੇਂ 'ਚ ਕਹਿਣ ਕਿ ਇਹ ਤਾਂ ਕਿਸੇ ਸ਼ਰਾਰਤੀ ਅਨਸਰ ਦਾ ਘਰ ਆ, ਅਸੀਂ ਇਹੋ ਜਿਹਾ ਕੁਝ ਨਹੀਂ ਕੀਤਾ, ਇਹ ਤਾਂ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਛੁਰਲੀ ਛੱਡ ਦਿੱਤੀ ਹੈ, ਸਾਡਾ ਇਹਦੇ ਨਾਲ ਸੰਬੰਧ ਕੋਈ ਨਹੀਂ। ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਮੇਰਾ ਇਹਦੇ ਨਾਲ ਸੰਬੰਧ ਕੋਈ ਨਹੀਂ, ਇਹ ਕਿਸੇ ਸ਼ਰਾਰਤੀ ਦਾ ਘਰ ਆ, ਇਹਨੂੰ ਤੁਸੀਂ ਅਫਵਾਹ ਮੰਨੋ,
ਮੇਰਾ ਸਰੋਕਾਰ ਕੋਈ ਨਹੀਂ, ਮੈਂ ਕਦੇ ਇਹੋ ਜਿਹੀ ਗੱਲ ਸੋਚ ਵੀ ਨਹੀਂ ਸਕਦਾ। ਹੋ ਸਕਦਾ ਉਹ ਆਪਣੀ ਥਾਂ ਦੇ ਉੱਤੇ ਸੱਚੇ ਵੀ ਹੋਣ, ਅਸੀਂ ਹਰ ਗੱਲ ਦੇ ਉੱਤੇ ਕਿੰਤੂ ਨਹੀਂ ਕਰਦੇ। ਪਰ ਇੱਕ ਗੱਲ ਹੋਰ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਇਸ ਮਾਮਲੇ 'ਤੇ ਕਾਰਵਾਈ ਕਰਾਂਗੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਉਹਨਾਂ ਨੂੰ ਤਲਬ ਕਰਨਾ, ਪਰ ਹੁਣ ਪਤਾ ਲੱਗਾ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਆ। ਕਲੀਨ ਚਿੱਟ ਦੇਣ ਦਾ ਰਿਵਾਜ਼ ਵੈਸੇ ਪੰਜਾਬ ਦੇ ਵਿੱਚ ਬਹੁਤਾ ਨਵਾਂ ਨਹੀਂ, ਕਾਫੀ ਪੁਰਾਣਾ। ਮੰਤਰੀਆਂ ਨੂੰ, ਹੋਰ ਲੋਕਾਂ ਨੂੰ ਕਲੀਨ ਚਿੱਟਾਂ ਮਿਲਦੀਆਂ ਰਹਿੰਦੀਆਂ, ਪਰ ਜਿਸ ਤਰੀਕੇ ਦੇ ਨਾਲ ਭਾਈ ਗੁਰੂ ਇਕਬਾਲ ਸਿੰਘ ਹੋਰਾਂ ਨੂੰ ਸੱਚ ਦੇ ਆਧਾਰ ਦੇ ਉੱਤੇ ਕਲੀਨ ਚਿੱਟ ਮਿਲੀ ਆ, ਇਹਦੇ ਬਾਬਤ ਭਾਵੇਂ ਕੁਝ ਇੱਕ ਲੋਕ ਕਿੰਤੂ ਪਰੰਤੂ ਕਰ ਰਹੇ ਆ, ਪਰ ਮੇਰੇ ਖਿਆਲ ਦੇ ਮੁਤਾਬਕ ਜੇਕਰ ਬੰਦੇ ਨੇ ਗਲਤੀ ਨਹੀਂ ਕੀਤੀ ਤਾਂ ਉਹਨੂੰ ਮਾਫ਼ ਵੀ ਕਰਨਾ ਚਾਹੀਦਾ, ਉਹਨੂੰ ਬੇਦਾਗ ਸਾਬਤ ਵੀ ਹੋਣਾ ਚਾਹੀਦਾ ਅਤੇ ਬੇਦਾਗ ਕਰਾਰ ਦੇਣਾ ਵੀ ਚਾਹੀਦਾ। ਅਤੇ ਜਿਹੜੀ ਰਿਪੋਰਟ ਸਾਡੇ ਤੱਕ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਪ੍ਰਸਿੱਧ ਕੀਰਤਨੀ ਹੈ ਭਾਈ ਗੁਰ ਇਕਬਾਲ ਸਿੰਘ, ਉਹਨਾਂ ਦੇ ਸੰਬੰਧ ਦੇ ਵਿੱਚ ਛਪੇ ਇੱਕ ਪੋਸਟਰ ਤੋਂ ਪੈਦਾ ਹੋਏ ਵਿਵਾਦ ਦੇ ਸੰਦਰਭ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਕੋਲ ਪੇਸ਼ ਹੋਏ ਅਤੇ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਦਿੱਤਾ ਗਿਆ। ਗਿਆਨੀ ਗੁਰਬਚਨ ਸਿੰਘ ਨੇ ਉਹਨਾਂ ਦੇ ਸਪਸ਼ਟੀਕਰਨ ਨੂੰ ਪ੍ਰਵਾਨ ਕਰਦਿਆਂ ਉਹਨਾਂ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਭਾਈ ਗੁਰ ਇਕਬਾਲ ਸਿੰਘ ਨੂੰ ਬੀਤੇ ਦਿਨੀ ਉਹਨਾਂ ਦੇ ਸੰਬੰਧ ਵਿੱਚ ਜਾਰੀ ਇੱਕ ਪੋਸਟਰ ਦੇ ਸੰਦਰਭ ਦੇ ਵਿੱਚ ਤਲਬ ਕਰਕੇ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਗਿਆ ਸੀ। ਅੱਜ ਪੇਸ਼ ਹੋਏ ਭਾਈ ਗੁਰ ਇਕਬਾਲ ਸਿੰਘ ਨੇ ਕਿਹਾ ਕਿ ਉਹਨਾਂ ਦਾ ਜਾਰੀ ਕੀਤੇ ਗਏ ਇਸ਼ਤਿਹਾਰ ਨਾਲ ਕੋਈ ਸੰਬੰਧ ਨਹੀਂ ਅਤੇ ਉਹ ਹਮੇਸ਼ਾ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਇਸ਼ਤਿਹਾਰ ਬਾਬਾ ਦੀਪ ਸਿੰਘ ਸੇਵਾ ਸਿਮਰਨ ਸੁਸਾਇਟੀ ਪਟਿਆਲਾ ਵੱਲੋਂ ਜਾਰੀ ਕੀਤਾ ਗਿਆ ਅਤੇ ਇਸ਼ਤਿਹਾਰ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਦੀ ਕੋਈ ਸਾਂਝ ਨਹੀਂ। ਉਹਨਾਂ ਨੇ ਕਿਹਾ ਕਿ ਵਿਵਾਦਿਤ ਇਸ਼ਤਿਹਾਰ ਵਿੱਚ ਵਰਤੀ ਗਈ ਸ਼ਬਦਾਵਲੀ ਦੀ ਉਹ ਆਪ ਵੀ ਨਿੰਦਾ ਕਰਦੇ ਨੇ। ਉਹਨਾਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਵਾਜਬ ਨਹੀਂ। ਭਾਈ ਗੁਰ ਇਕਬਾਲ ਸਿੰਘ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ 24 ਅਪ੍ਰੈਲ ਨੂੰ ਆਇਆ ਸੀ ਜਿਸ 'ਤੇ ਉਹਨਾਂ ਨੇ ਤੁਰੰਤ ਵਿਰੋਧ ਪ੍ਰਗਟਾਇਆ। ਇਸ ਉਪਰੰਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮਾਮਲਾ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਲਿਜਾਣ ਦੀ ਹੁਣ ਲੋੜ ਨਹੀਂ ਆ। ਉਹਨਾਂ ਨੇ ਕਿਹਾ ਕਿ ਇਹ ਇਸ਼ਤਿਹਾਰ ਸਿੱਖ ਸਿਧਾਂਤਾਂ ਨੂੰ ਭੁੱਲ ਕੇ ਪ੍ਰਕਾਸ਼ਿਤ ਕੀਤਾ ਗਿਆ। ਇਸ ਦੌਰਾਨ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਇਸ਼ਤਿਹਾਰ ਨੂੰ ਪੋਸਟ ਕਰਨ ਵਾਲੇ ਵਿਅਕਤੀਆਂ ਨੂੰ ਆਉਂਦੇ ਦਿਨਾਂ ਵਿੱਚ ਹੋਣ ਵਾਲੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਤਲਬ ਕੀਤਾ ਜਾਵੇਗਾ। ਅੰਮ੍ਰਿਤਸਰ ਨਾਲ ਸੰਬੰਧਿਤ ਰਾਗੀ ਅਤੇ ਬੀਬੀ ਕੌਲਾਂ ਜੀ ਟਰੱਸਟ ਦੇ ਸੰਚਾਲਕ ਅਤੇ ਨਿਸ਼ਕਾਮ ਕੀਰਤਨੀਏ ਹੋਣ ਦਾ ਦਾਅਵਾ ਕਰਦੇ ਭਾਈ ਗੁਰ ਇਕਬਾਲ ਸਿੰਘ ਨੂੰ ਤਲਬ ਕੀਤੇ ਜਾਣ ਸਮੇਂ ਉਹਨਾਂ ਦੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਸੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇੱਕ ਪੋਸਟਰ ਤੋਂ ਬਾਅਦ ਸੰਗਤਾਂ ਵਿੱਚ ਪਾਏ ਜਾ ਰਹੇ ਰੋਸ ਦੇ ਮੱਦੇਨਜ਼ਰ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਉਹਨਾਂ ਨੂੰ ਤਲਬ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਸੀ ਕਿ ਭਾਈ ਗੁਰ ਇਕਬਾਲ ਸਿੰਘ ਵੱਲੋਂ ਸ਼ੋਹਰਤ ਵਾਸਤੇ ਛਪਵਾਏ ਗਏ ਇਸ ਇਸ਼ਤਿਹਾਰ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ ਬੇਹੱਦ ਨਿੰਦਣਯੋਗ ਹੈ। ਇਸ ਨਾਲ ਸਿੱਖ ਸੰਗਤਾਂ ਵਿੱਚ ਬਹੁਤ ਨਿਰਾਸ਼ਾ ਪਾਈ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਭਾਈ ਗੁਰ ਇਕਬਾਲ ਸਿੰਘ ਦੇ ਨਾਂ ਦੇ ਉੱਤੇ ਪ੍ਰਕਾਸ਼ਿਤ ਹੋਇਆ ਅਤੇ ਅੱਗੇ ਤੋਂ ਅੱਗੇ ਵਾਇਰਲ ਹੋਇਆ ਬਹੁਤ ਹੀ ਉਹ ਇਤਰਾਜ਼ਯੋਗ ਪੋਸਟਰ ਸੀ ਅਤੇ ਉਹਦੀ ਨਿੰਦਿਆ ਜਿਹੜੇ ਜਿਹੜੇ ਲੋਕਾਂ ਨੇ ਕੀਤੀ ਉਹ ਕਰਨੀ ਵੀ ਬਣਦੀ ਸੀ। ਅਸੀਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਜੇਕਰ ਭਾਈ ਗੁਰ ਇਕਬਾਲ ਸਿੰਘ ਹੋਰਾਂ ਦੇ ਵੱਲੋਂ ਸਸਤੀ ਸ਼ੋਹਰਤ ਹਾਸਲ ਕਰਨ ਦੇ ਲਈ ਇਹ ਹੱਥਕੰਡਾ ਅਪਣਾਇਆ ਗਿਆ ਤਾਂ ਇਹ ਉਹਨਾਂ ਦੇ ਕੈਰੀਅਰ ਦੇ ਲਈ ਅਤੇ ਉਹਨਾਂ ਦੇ ਵਿਅਕਤੀਤਵ ਦੇ ਲਈ ਬਹੁਤ ਵੱਡਾ ਝਟਕਾ ਸਾਬਤ ਹੋਣਾ। ਪਰ ਅਸੀਂ ਇਸ ਗੱਲ ਦਾ ਵੀ ਖਦਸ਼ਾ ਜਿਤਾਇਆ ਸੀ ਕਿ ਹੋ ਸਕਦਾ ਕਿਸੇ ਦੇ ਵੱਲੋਂ ਇਹ ਸ਼ਰਾਰਤ ਕੀਤੀ ਗਈ ਹੋਵੇ, ਹੋ ਸਕਦਾ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਆਪੇ ਬਣਾਈਆਂ ਖਬਰਾਂ ਦਾ ਪ੍ਰਚਾਰ ਬਹੁਤ ਵੱਡੇ ਪੱਧਰ 'ਤੇ ਛਿੜਦਾ, ਕਦੇ ਕੋਈ ਕਹਿ ਦਿੰਦਾ ਜੀ ਗੁੱਤਾਂ ਕੱਟਣ ਵਾਲੀਆਂ ਆ ਗਈਆਂ, ਕਦੇ ਕੋਈ ਕਹਿ ਦਿੰਦਾ ਜੀ ਫਲਾਣੇ ਪੰਥ ਦੇ ਕੀਰਤਨੀਆਂ ਦੇ ਵੱਲੋਂ ਆਹ ਗੱਲ ਗਲਤ ਕਰ ਦਿੱਤੀ ਗਈ, ਜਦਕਿ ਉਹਨੇ ਕੀਤੀ ਨਹੀਂ ਹੁੰਦੀ ਅਤੇ ਕਈ ਵਾਰ ਕਿਸੇ ਨੇ ਕੀਤੀ ਵੀ ਹੁੰਦੀ ਹੈ। ਕਦੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਛਿੜਦੀ ਹੈ ਜੀ ਕਿ ਸਿੱਖਾਂ ਨੂੰ ਨਿਪੁੰਸਕ ਕਰਨ ਦੀ ਖਾਤਰ ਟੀਕੇ ਲੱਗਣੇ ਸ਼ੁਰੂ ਹੋਏ ਆ, ਇਹ ਕਾਢਾਂ ਉਹ ਕੱਢਦੇ ਆ ਜਿਹੜੇ ਲੋਕਾਂ ਦੇ ਕੋਲ ਵਕਤ ਬਹੁਤ ਹੈ ਅਤੇ ਜਿਹੜੇ ਵਿਹਲੜ ਹੋਣ ਦਾ ਮਾਣ ਹਾਸਲ ਕਰਦੇ ਆ। ਇਸ ਕਰਕੇ ਇਹ ਵਿਹਲੜਾਂ ਦੇ ਵੱਲੋਂ ਸ਼ਰਾਰਤ ਘੜੀ ਗਈ ਸੀ ਜੋ ਭਾਈ ਗੁਰ ਇਕਬਾਲ ਸਿੰਘ ਹੋਰਾਂ ਦੇ ਵੱਲੋਂ ਹੁਣ ਸਪਸ਼ਟੀਕਰਨ ਦੇ ਕੇ ਸਾਬਤ ਕਰ ਦਿੱਤੀ ਗਈ ਹੈ, ਨੰਗੀ ਕਰ ਦਿੱਤੀ ਗਈ ਹੈ ਇਹ ਸਾਜਿਸ਼ ਜਾਂ ਸ਼ਰਾਰਤ। ਇੱਥੇ ਵੀ ਦੱਸਣਾ ਬਣਦਾ ਕਿ ਭਾਈ ਗੁਰ ਇਕਬਾਲ ਸਿੰਘ ਹੋਰਾਂ ਦੇ ਮੁਤਲਕ ਗਿਆਨੀ ਗੁਰਬਚਨ ਸਿੰਘ ਹੋਰਾਂ ਦੇ ਉੱਤੇ ਵੀ ਸਵਾਲ ਉੱਠਿਆ ਸੀ ਕਿ ਉਹਨਾਂ ਨੇ ਕੋਈ ਸਮਾਂ ਨਿਰਧਾਰਿਤ ਕਿਉਂ ਨਹੀਂ ਕੀਤਾ ਕਿ ਇੰਨੇ ਸਮੇਂ ਦੇ ਵਿੱਚ ਉਹ ਆ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੇਸ਼ ਹੋਣ, ਸਪਸ਼ਟੀਕਰਨ ਦੇਣ ਇਸ ਪੋਸਟਰ ਦੇ ਮਾਮਲੇ 'ਤੇ। ਬਹੁਗਿਣਤੀ ਦਰਸ਼ਕਾਂ ਨੂੰ ਪਤਾ ਹੋਏਗਾ ਇਸ ਪੋਸਟਰ ਦੇ ਵਿੱਚ ਕੀ ਸੀ, ਜਿਨ੍ਹਾਂ ਨੂੰ ਨਹੀਂ ਪਤਾ ਉਹਦੇ ਮੁੱਖ ਅੰਸ਼ ਮੈਂ ਦੱਸ ਦਿੰਦਾ ਕਿ ਉਹਨਾਂ ਦੇ ਜਨਮ ਦਿਨ ਦੇ ਸੰਦਰਭ ਦੇ ਵਿੱਚ ਇਹ ਪੋਸਟਰ ਪ੍ਰਕਾਸ਼ਿਤ ਹੋਇਆ ਸੀ ਜਿਹਦੇ ਵਿੱਚ ਜਨਮ ਦਿਨ ਨੂੰ ਭਾਈ ਗੁਰ ਇਕਬਾਲ ਸਿੰਘ ਹੋਰਾਂ ਦਾ ਆਗਮਨ ਦਿਵਸ ਦੱਸਿਆ ਗਿਆ ਸੀ। ਇਹਦੇ ਵਿੱਚ ਉਹਨਾਂ ਦੇ ਪਤੇ ਦੇ ਨਾਲ, ਉਹਨਾਂ ਦੇ ਮਾਤਾ ਪਿਤਾ ਦੇ ਨਾਂ ਦੇ ਨਾਲ ਇਹੋ ਜਿਹੇ ਅਲੰਕਾਰ, ਇਹੋ ਜਿਹੇ ਵਿਸ਼ੇਸ਼ਣ ਵਰਤੇ ਗਏ ਸੀ ਜਿਵੇਂ ਅਸੀਂ ਗੁਰੂ ਸਾਹਿਬਾਨ ਦੇ ਪਰਿਵਾਰਕ ਮੈਂਬਰਾਂ ਦੇ ਲਈ ਅਲੰਕਾਰ ਅਤੇ ਵਿਸ਼ੇਸ਼ਣ ਵਰਤਦੇ ਹਾਂ। ਇਸ ਕਰਕੇ ਇਹਦੇ ਉੱਤੇ ਇਤਰਾਜ਼ ਹੋਇਆ ਸੀ ਅਤੇ ਥੱਲੇ ਇੱਕ ਗੱਲ ਇਹ ਵੀ ਲਿਖੀ ਗਈ ਸੀ ਕਿ ਭਾਈ ਗੁਰ ਇਕਬਾਲ ਸਿੰਘ ਹੋਰਾਂ ਦੀ ਤੰਦਰੁਸਤੀ ਦੀ ਖਾਤਰ ਪੰਜ ਪਾਠਾਂ ਦੇ ਵਿੱਚ ਸ਼ਿਰਕਤ ਕਰਨੀ ਅਤੇ ਪੰਜ ਪਾਠ ਕਰਾਉਣੇ ਬੜੇ ਜ਼ਰੂਰੀ ਨੇ। ਸੋ ਹੁਣ ਜਦੋਂ ਇਸ ਮਾਮਲੇ ਦੇ ਉੱਤੇ ਸ਼ੰਕਾ
ਵਿਹਲੜ ਹੋਣ ਦਾ ਜਿਹੜਾ ਮਾਣ ਹਾਸਲ ਕਰ ਰਹੇ ਆ ਉਹ ਇੱਦਾਂ ਦਾ ਮਾਣ ਹਾਸਲ ਨਾ ਕਰਨ। ਜ਼ਿੰਦਗੀ ਬਹੁਤ ਕੀਮਤੀ ਹੈ, ਵਿਚਾਰ ਬਹੁਤ ਕੀਮਤੀ ਹੈ ਜੇਕਰ ਚੰਗੇ ਹੋਣ, ਅਤੇ ਜੇਕਰ ਸਾਡੇ ਵਿਚਾਰਾਂ ਦੇ ਨਾਲ ਕਿਸੇ ਵਰਗ ਦੇ ਅੰਦਰ, ਕਿਸੇ ਭਾਈਚਾਰੇ ਦੇ ਅੰਦਰ, ਆਮ ਲੋਕਾਂ ਦੇ ਅੰਦਰ, ਖਾਸ ਲੋਕਾਂ ਦੇ ਅੰਦਰ ਕੋਈ ਕੁੜੱਤਣ ਪੈਦਾ ਹੁੰਦੀ ਹੈ, ਕੋਈ ਗਿਲਾ ਸ਼ਿਕਵਾ ਪੈਦਾ ਹੁੰਦਾ ਹੈ, ਤਾਂ ਮੇਰਾ ਖਿਆਲ ਆ ਵੀ ਇਸ ਤੋਂ ਮਾੜੀ ਗੱਲ ਕੋਈ ਹੋਰ ਹੈ ਨਹੀਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਜੇਕਰ ਕਿਸੇ ਬੰਦੇ ਨੂੰ ਕਿਹਾ ਜਾਵੇ ਕਿ ਇਹ ਡਿਫਾਲਟਰ ਹੈ, ਇਹ ਭਗੌੜਾ, ਇਹ ਪੈਸੇ ਨਹੀਂ ਮੋੜਦਾ, ਉਹ ਬੰਦਾ ਬਹੁਤ ਜ਼ਲਾਲਤ ਮਹਿਸੂਸ ਕਰਦਾ। ਉਹ ਬੰਦਾ ਸੋਚਦਾ ਕਿ ਯਾਰ ਮੇਰੀਆਂ ਮਜਬੂਰੀਆਂ ਵੀ ਹੈਗੀਆਂ, ਪਰ ਮੈਂ ਪੈਸੇ ਦੇਣੇ ਤਾਂ ਹੈਗੇ ਹੀ ਆ, ਅੱਜ ਵੱਖਰੀ ਗੱਲ ਹੈ ਮੇਰੇ ਕੋਲ ਹੈ ਨਹੀਂ, ਪਰ ਮੇਰੀ ਬਦਨਾਮੀ ਜਿਹੜੀ ਹੋਈ ਹੈ ਇਹਦੇ ਨਾਲ ਮੇਰੇ ਪਰਿਵਾਰ ਦੇ ਮਾਣ ਸਤਿਕਾਰ ਦੇ ਉੱਤੇ ਸੱਟ ਵੱਜੀ ਹੈ, ਮੇਰੇ ਆਪਣੇ ਕਿਰਦਾਰ ਦੇ ਉੱਤੇ, ਮੇਰੇ ਆਪਣੇ ਵਿਅਕਤੀਤਵ ਦੇ ਉੱਤੇ ਸੱਟ ਵੱਜੀ ਹੈ। ਇੱਦਾਂ ਵੱਜਣੀ ਨਹੀਂ ਸੀ ਚਾਹੀਦੀ। ਮੰਨ ਲਓ ਤੁਸੀਂ ਕਿਸੇ ਦੇ 50,000 ਰੁਪਇਆ ਦੇਣਾ ਹੋਵੇ, ਮੈਂ ਕਿਸੇ ਦਾ 5,000 ਰੁਪਇਆ ਦੇਣਾ ਹੋਵੇ, ਅਤੇ ਮੇਰੀ ਡੌਂਡੀ ਪਿੱਟੀ ਜਾਵੇ, ਮੇਰੀ ਬਦਨਾਮੀ ਹੋਵੇ, ਤਾਂ ਮੈਂ ਸ਼ਰਮਸਾਰ ਹੋਵਾਂਗਾ। ਮੈਂ ਆਲੇ ਦੁਆਲਿਓਂ ਫੜ ਕੇ ਪੈਸੇ ਉਸ ਵਿਅਕਤੀ ਨੂੰ ਜ਼ਰੂਰ ਦੇਊਂਗਾ ਤਾਂ ਜੋ ਇਹ ਮਸਲਾ ਠੰਡਾ ਪੈ ਜਾਵੇ, ਮੇਰੇ ਵਿਅਕਤੀਤਵ ਦੇ ਵਿਗਾੜਾਂ ਦੀ ਪੇਸ਼ਕਾਰੀ ਨਾ ਕੀਤੀ ਜਾਵੇ, ਮੇਰੀ ਮਜਬੂਰੀ ਨੂੰ ਸਮਝਿਆ ਜਾਵੇ। ਪਰ ਦਿਆਲ ਸਿੰਘ ਕੋਲਿਆਂ ਵਾਲੀ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ। ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨਵੇਂ ਜੇਲ੍ਹ ਮੰਤਰੀ ਬਣੇ ਆ, ਉਹਨਾਂ ਦੀ ਸਰਗਰਮੀ ਦੇ ਉੱਤੇ ਮਾਣ ਵੀ ਕਰਨਾ ਬਣਦਾ, ਪਰ ਉਹ ਕਿੰਨੀ ਕੁ ਚਿਰ ਸਰਗਰਮ ਰਹਿਣਗੇ ਇਹਦੇ ਉੱਤੇ ਸਵਾਲ ਵੀ ਕਰਨਾ ਬਣਦਾ। ਉਹਨਾਂ ਨੇ ਕਿਹਾ ਸੀ ਕਿ ਦਿਆਲ ਸਿੰਘ ਕੋਲਿਆਂ ਵਾਲੀ ਪੰਜਾਬ ਦੇ ਸਭ ਤੋਂ ਵੱਡੇ ਭ੍ਰਿਸ਼ਟ ਕਹਿ ਲਈਏ ਜਾਂ ਡਿਫਾਲਟਰ ਕਹਿ ਲਈਏ, 1 ਕਰੋੜ ਰੁਪਈਏ ਤੋਂ ਵੱਧ ਦੇ ਉਹ ਕਰਜ਼ਦਾਰ ਹੈ, ਅਤੇ ਉਹ ਸਹਿਕਾਰੀ ਬੈਂਕਾਂ ਦਾ ਖਾਤਾ ਕਲੀਅਰ ਨਹੀਂ ਕਰ ਰਹੇ, ਉਹ ਦੇਣਦਾਰੀਆਂ ਜਿਹੜੀਆਂ ਉਹ ਦੇ ਨਹੀਂ ਰਹੇ, ਜਿਹਦੇ ਕਰਕੇ ਆਉਂਦੇ ਸਮੇਂ ਦੇ ਵਿੱਚ ਅਸੀਂ ਸਾਰੇ ਵੱਡੇ ਵੱਡੇ ਕਿਸਾਨਾਂ, ਵੱਡੇ ਲੋਕਾਂ, ਜਿਹੜੇ ਸਰਮਾਏਦਾਰ ਲੋਕ ਆ ਪਰ ਪੈਸੇ ਨਹੀਂ ਮੋੜਦੇ ਬੈਂਕਾਂ ਦੇ, ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਦਿਆਲ ਸਿੰਘ ਕੋਲਿਆਂ ਵਾਲੀ ਦੀ ਜ਼ਮੀਨ ਕੁਰਕ ਵੀ ਕਰ ਸਕਦੇ ਹਾਂ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਬੈਂਕਾਂ ਨੂੰ ਸਰਗਰਮ ਕਰ ਦਿੱਤਾ ਗਿਆ ਵੀ ਪੈਸੇ ਵਸੂਲ ਕਰੋ। ਚੰਗੀ ਗੱਲ ਹੈ, ਇੱਦਾਂ ਹੋਣਾ ਚਾਹੀਦਾ। ਜੇਕਰ ਆਮ ਬੰਦੇ ਨੇ ਕਿਸੇ ਬੈਂਕ ਦਾ 50,000 ਰੁਪਇਆ ਦੇਣਾ ਹੋਵੇ ਤਾਂ ਬੈਂਕ ਵਾਲੇ 3600 ਗੇੜਾ ਮਾਰਦੇ ਨਾਲ ਪੁਲਿਸ ਲੈ ਕੇ ਵੀ ਆਉਂਦੇ ਆ, ਨੋਟਿਸ ਵੀ ਆਉਂਦੇ ਆ, ਅਤੇ ਕਈ ਵਾਰ ਕਿਸਾਨ ਇਸ ਚੱਕਰ ਦੇ ਵਿੱਚ ਖੁਦਕੁਸ਼ੀ ਵੀ ਕਰ ਜਾਂਦੇ ਆ। ਪਰ ਜਿਹੜੇ ਲੋਕਾਂ ਕੋਲ ਪੈਸੇ ਹੈਗੇ ਆ ਉਹ ਇਹਨਾਂ ਗੱਲਾਂ ਨੂੰ ਟਿੱਚ ਸਮਝਦੇ ਆ। ਹੁਣ ਕੋਲਿਆਂ ਵਾਲੀ ਦੇ ਖਿਲਾਫ਼ ਕੋਈ ਕਾਰਵਾਈ ਸੱਚੀ ਮੁੱਚੀ ਹੋਊ ਜਾਂ ਨਹੀਂ ਹੋਊ, ਇਹ ਤਾਂ ਵਕਤ ਦੇ ਗਰਭ 'ਚ ਲੁਕੀ ਗੱਲ ਹੈ। ਪਰ ਦਿਆਲ ਸਿੰਘ ਕੋਲਿਆਂ ਵਾਲੀ ਨੇ ਗੱਲ ਕਹੀ ਆ ਵੀ ਕੋਈ ਚੱਕਰ ਨਹੀਂ ਪੈਂਦਾ, ਇੱਦਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ, ਦੇ ਦਿਆਂਗੇ ਪੈਸੇ ਦੇਣੇ ਆ ਜਦੋਂ ਹੋਏ ਦੇ ਦਿਆਂਗੇ। ਅਤੇ ਨਾਲੇ ਉਹਨਾਂ ਨੇ ਕਿਹਾ ਵੀ ਬਹੁਤ ਵੱਡੇ ਵੱਡੇ ਸਰਮਾਏਦਾਰ ਜਿਹੜੇ ਲੋਕ ਬੈਠੇ ਆ ਉਹਨਾਂ ਨੇ ਵੀ 1 ਕਰੋੜ ਰੁਪਈਆ ਦੇਣਾ ਹੁੰਦਾ ਬੈਂਕਾਂ ਦਾ, ਇਹ ਤਾਂ ਮੈਂ ਕੋਈ ਬਹੁਤੀ ਵੱਡੀ ਰਕਮ ਨਹੀਂ ਦੇਣੀ, ਇਹ ਤਾਂ ਵਿਰੋਧੀਆਂ ਦੇ ਵੱਲੋਂ ਸਾਜਿਸ਼ ਘੜੀ ਜਾ ਰਹੀ ਆ ਮੈਨੂੰ ਬਦਨਾਮ ਕਰਨ ਦੀ। ਉਹਨਾਂ ਨੇ ਮੰਨਿਆ ਵੀ ਆ ਵੀ ਮੈਂ ਪੈਸੇ ਦੇਣੇ ਆ, ਇਹ ਵੀ ਮੰਨਿਆ ਵੀ ਭਾਈ ਮੈਂ ਪੈਸੇ ਦੇ ਦੇਵਾਂਗਾ, ਪਰ ਇਹ ਵੀ ਗੱਲ ਕਹੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਪੈਸੇ ਦੇਣੇ ਹੁੰਦੇ ਆ, ਇਹਦੇ ਨਾਲ ਕੀ ਫਰਕ ਪੈਂਦਾ, ਅਸੀਂ ਦੇ ਦਿਆਂਗੇ, ਚੱਕਰ ਕੋਈ ਨਹੀਂ। ਪਰ ਉਹਨਾਂ ਨੇ ਜਦੋਂ ਇਹ ਗੱਲਾਂ ਕਬੂਲ ਕੀਤੀਆਂ ਤਾਂ ਇੱਕ ਨਵੀਂ ਖਬਰ ਬਣ ਗਈ ਹੈ, ਅਤੇ ਉਸ ਖਬਰ ਦਾ ਵੇਰਵਾ ਇਸ ਤਰੀਕੇ ਨਾਲ ਕਿ ਅਕਾਲੀ ਲੀਡਰ ਅਤੇ ਬਾਦਲ ਪਰਿਵਾਰ ਦੇ ਖਾਸਮ ਖਾਸ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਆਪਣੇ ਨਾਂ ਨਾਲ ਡਿਫਾਲਟਰ ਲੱਗਣ ਦਾ ਕੋਈ ਇਤਰਾਜ਼ ਨਹੀਂ। ਇਹ ਗੱਲ ਕੋਲਿਆਂ ਵਾਲੀ ਨੇ ਬੈਂਕ ਡਿਫਾਲਟਰ ਐਲਾਨੇ ਜਾਣ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ਦੇ ਵਿੱਚ ਕਹੀ ਹੈ। ਕੋਲਿਆਂ ਵਾਲੀ ਨੇ ਇਸ ਕਾਰਵਾਈ ਨੂੰ ਕਾਂਗਰਸ ਦੀ ਬਦਲਾਖੋਰੀ ਦੀ ਸਿਆਸਤ ਦਾ ਨਤੀਜਾ ਕਿਹਾ, ਪਰ ਕੋਲਿਆਂ ਵਾਲੀ ਇੰਟਰਵਿਊ ਦੇ ਅੰਤ ਦੇ ਵਿੱਚ ਕੀਤੇ ਗਏ ਸਵਾਲਾਂ ਤੋਂ ਭੱਜ ਨਿਕਲੇ। ਅਕਾਲੀ ਲੀਡਰ ਦਿਆਲ ਸਿੰਘ ਕੋਲਿਆਂ ਵਾਲੀ ਨੇ ਕਿਹਾ ਕਿ ਜਲਦ ਹੀ ਉਹ ਕਰਜ਼ਾ ਵਾਪਸ ਕਰ ਦੇਣਗੇ। ਕੋਲਿਆਂ ਵਾਲੀ ਸਹਿਕਾਰੀ ਬੈਂਕ ਦੇ 1 ਕਰੋੜ 2 ਲੱਖ ਰੁਪਈਏ ਤੋਂ ਵੱਧ ਦਾ ਕਰਜ਼ਾ ਨਾ ਮੋੜਨ ਕਰਕੇ ਡਿਫਾਲਟਰ ਬਣ ਗਏ ਨੇ। ਬੁੱਧਵਾਰ ਨੂੰ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਲਿਆਂ ਵਾਲੀ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਸੀ। ਕੋਲਿਆਂ ਵਾਲੀ ਨੇ ਕਿਹਾ ਕਿ ਨਾਂ ਨਾਲ ਡਿਫਾਲਟਰ ਲੱਗਣ ਦਾ ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਵੱਡੇ ਵੱਡੇ ਲੋਕ ਕਰਜ਼ਾਈ ਨੇ। ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਵੱਧ ਵੱਡੇ ਲੋਨ ਵਾਪਸ ਕਰਨ ਵਾਲੇ ਵੀ ਬੈਠੇ ਨੇ, ਅਤੇ ਰੰਧਾਵਾ ਦੀ ਉਹਨਾਂ ਵਿਰੁੱਧ ਕਾਰਵਾਈ ਬਦਲਾਖੋਰੀ ਦੀ ਸਿਆਸਤ ਦਾ ਨਤੀਜਾ ਹੈ। ਕੋਲਿਆਂ ਵਾਲੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਵੱਲ ਧਿਆਨ ਦੇਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਦਿਆਲ ਸਿੰਘ ਕੋਲਿਆਂ ਵਾਲੀ ਹੋਰਾਂ ਨੇ ਗੱਲ ਕਬੂਲ ਵੀ ਕੀਤੀ ਹੈ ਕਰਜ਼ਦਾਰ ਹੋਣ ਦੀ, ਡਿਫਾਲਟਰ ਹੋਣ ਦੇ ਉੱਤੇ ਜਿਸ ਤਰੀਕੇ ਨਾਲ ਉਹ ਮਾਣ ਵੀ ਕਰ ਰਹੇ ਆ, ਉਹਦੇ ਉੱਤੇ ਹੈਰਾਨੀ ਹੋਣੀ ਕੁਦਰਤੀ ਹੈ। ਡਿਫਾਲਟਰ ਹੋਣਾ ਕੋਈ ਚੰਗੀ ਗੱਲ ਨਹੀਂ, ਅਤੇ ਜੇਕਰ ਤੁਸੀਂ ਕਿਸੇ ਮਜਬੂਰੀ ਦੇ ਵਿੱਚ ਡਿਫਾਲਟਰ ਹੁੰਦੇ ਆ ਉਹਦੇ ਵੱਖੋ ਵੱਖਰੇ ਕਾਰਨ ਹੋ ਸਕਦੇ ਆ, ਬੰਦਾ ਸੋਚ ਸਕਦਾ। ਪਰ ਦਿਆਲ ਸਿੰਘ ਕੋਲਿਆਂ ਵਾਲੀ ਵਰਗੇ ਲੋਕ ਜਾਂ ਇਹਨਾਂ ਵਰਗੇ ਹੋਰ ਜਿਹੜੇ ਬਹੁਤ ਵੱਡੇ ਵੱਡੇ ਰੁਤਬਿਆਂ ਵਾਲੇ ਜਿਹੜੇ ਮੁੱਛ ਨੂੰ ਖੜੀ ਰੱਖਦੇ ਲੋਕ ਹੈ, ਉਹ ਜਦੋਂ ਬੈਂਕਾਂ ਦਾ ਪੈਸਾ ਨਹੀਂ ਮੋੜਦੇ ਤਾਂ ਫਿਰ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੋਣੇ ਕੁਦਰਤੀ ਹੁੰਦੇ ਆ, ਜਿਨ੍ਹਾਂ ਨੇ ਥੋੜ੍ਹਾ ਥੋੜ੍ਹਾ ਕਰਜ਼ਾ ਮੋੜਨਾ ਬੈਂਕਾਂ ਦਾ ਕਿਸੇ ਮਜਬੂਰੀ ਕਰਕੇ ਨਹੀਂ ਮੋੜਦੇ, ਪਰ ਉਹਨਾਂ ਨੂੰ ਖੁਦਕੁਸ਼ੀ ਤੱਕ ਪਹੁੰਚਣਾ ਪੈਂਦਾ, ਕਿਉਂਕਿ ਉਹ ਅੰਦਰੋਂ ਟੁੱਟ ਜਾਂਦੇ ਆ,
ਉਹ ਸ਼ਰਮ ਮਹਿਸੂਸ ਕਰਦੇ ਆ ਕਿ ਸਾਡੇ ਘਰ ਦੇ ਵਿੱਚ ਬੈਂਕਾਂ ਵਾਲੇ ਪੁਲਿਸ ਵਾਲੇ ਵਾਰ ਵਾਰ ਗੇੜੇ ਮਾਰਦੇ ਆ, ਸਾਨੂੰ ਵਾਰ ਵਾਰ ਸੰਮਣ ਆਉਂਦੇ ਆ, ਨੋਟਿਸ ਆਉਂਦੇ ਆ। ਸੋ ਕੋਲਿਆਂ ਵਾਲੀ ਨੇ ਜੋ ਗੱਲ ਕਹੀ ਆ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੇ ਵੱਲ ਸਰਕਾਰ ਧਿਆਨ ਦੇਵੇ, ਵੱਡੇ ਵੱਡੇ ਹੋਰ ਵੀ ਲੋਕ ਬੈਠੇ ਆ ਜਿਨ੍ਹਾਂ ਨੇ ਕਰਜ਼ੇ ਵਾਪਸ ਨਹੀਂ ਕੀਤੇ, ਬਹੁਤ ਵੱਡੀਆਂ ਵੱਡੀਆਂ ਰਕਮਾਂ ਨੱਪੀ ਬੈਠੇ ਆ। ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਨੂੰ ਇਸ ਗੱਲ ਦਾ ਮਲਾਲ ਹੈ, ਦੁੱਖ ਹੈ ਕਿ ਅਸੀਂ ਨੀਰਵ ਮੋਦੀ ਦੇ ਵਾਂਗੂ ਕਿਉਂ ਨਹੀਂ ਭੱਜ ਸਕੇ, ਅਸੀਂ ਵਿਜੇ ਮਾਲਿਆ ਦੇ ਵਾਂਗੂ ਕਿਉਂ ਨਹੀਂ ਕਰਜ਼ਾ ਹਾਸਲ ਕੀਤਾ। ਵੀ ਜੇਕਰ ਉਹ ਭੱਜ ਸਕਦੇ ਆ ਤਾਂ ਫਿਰ ਅਸੀਂ ਤਾਂ ਬਹੁਤ ਥੋੜ੍ਹਾ ਕਰਜ਼ਾ ਅਦਾ ਕਰਨਾ, ਫਿਰ ਅਸੀਂ ਦੇ ਦਿਆਂਗੇ ਜਦੋਂ ਪੈਸੇ ਹੋਏ। ਸੋ ਮੇਰੇ ਖਿਆਲ ਦੇ ਮੁਤਾਬਕ ਇਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰੇ ਸਰਕਾਰ, ਮਤਲਬ ਇਹ ਆ ਵੀ ਤੁਸੀਂ ਵੀ ਤਾਂ ਕਿਸਾਨੀ ਦਾ ਕਰਜ਼ਾ ਲੈ ਕੇ ਡਿਫਾਲਟਰ ਹੋਏ ਹੋ, ਤੁਹਾਡਾ ਇਹ ਕਰਜ਼ਾ ਸਰਕਾਰ ਨੂੰ ਮਾਫ਼ ਕਰਨਾ ਚਾਹੀਦਾ ਤੁਹਾਡੇ ਖਿਆਲ ਦੇ ਮੁਤਾਬਕ, ਕਿਉਂਕਿ ਤੁਸੀਂ ਬਹੁਤ ਮਹਾਨ ਕੰਮ ਕੀਤੇ ਇਸ ਕਰਜ਼ੇ ਨੂੰ ਲੈ ਕੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸ਼ੱਕ ਦੋਸਤੋ ਇਹ ਗੱਲ ਕਹੀ ਜਾਣ ਕਿ ਅਸੀਂ ਸਮੇਂ ਦੇ ਹਾਣੀ ਹਾਂ, ਅਸੀਂ ਤਕਨੀਕ ਦੇ ਸਾਥੀ ਬਣ ਚੁੱਕੇ ਹਾਂ, ਅਤੇ ਬਹੁਤ ਜਲਦ ਭਾਰਤ ਦੇ ਅੰਦਰ ਤੁਹਾਨੂੰ ਬੁਲਟ ਟ੍ਰੇਨ ਦੌੜਦੀ ਦਿਸੂਗੀ ਜਿਹੜੀ ਕਿ ਹਵਾ ਨੂੰ ਗੰਢਾਂ ਦਿੰਦੀ ਜਾਊਗੀ। ਤੁਹਾਡਾ ਮਿੰਟਾਂ ਦਾ ਸਫ਼ਰ ਸਕਿੰਟਾਂ ਦੇ ਵਿੱਚ, ਤੁਹਾਡਾ ਘੰਟਿਆਂ ਦਾ ਸਫ਼ਰ ਮਿੰਟਾਂ ਦੇ ਵਿੱਚ ਖਤਮ ਕਰ ਦਿਆ ਕਰੂਗੀ। ਪਰ ਸਵਾਲ ਉਦੋਂ ਵੀ ਉੱਠਦਾ ਸੀ ਕਿ ਜਿਹੜੀਆਂ ਭਾਰਤ ਦੇ ਵਿੱਚ ਪਹਿਲਾਂ ਰੇਲਾਂ ਚੱਲਦੀਆਂ, ਇਹਨਾਂ ਦੀ ਹਾਲਤ ਕਿਹੋ ਜਿਹੀ ਬਣ ਚੁੱਕੀ ਆ, ਪਹਿਲਾਂ ਆਪਾਂ ਇਹਨਾਂ ਦੇ ਵਿੱਚ ਸੁਧਾਰ ਕਰੀਏ, ਅਗਲੀ ਗੱਲ ਫੇਰ ਕਰਾਂਗੇ। ਆਪਾਂ ਸ਼ੇਖੀਆਂ ਘੱਟ ਮਾਰਿਆ ਕਰੀਏ, ਅਸੀਂ ਫੜਾਂ ਮਾਰਨ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਆਉਂਦੇ ਹਾਂ। ਭਾਰਤ ਦੇ ਵਿੱਚ ਵੱਡੀ ਗਿਣਤੀ 'ਚ ਇਹੋ ਜਿਹੇ ਫਾਟਕ ਹੈ ਜਿੱਥੇ ਬੰਦਾ ਕੋਈ ਨਿਯੁਕਤ ਨਹੀਂ ਕੀਤਾ ਗਿਆ, ਉੱਥੇ ਹਰ ਰੋਜ਼ ਹਾਦਸੇ ਵਾਪਰਦੇ ਆ। ਭਾਰਤ ਦੇ ਅੰਦਰ ਆਪਾਂ ਜਾਣਦੇ ਹਾਂ ਕਿ ਜਿਹੜੀਆਂ ਰੇਲਾਂ ਚੱਲਦੀਆਂ ਇਹਨਾਂ ਦੇ ਵਿੱਚ ਬੈਠਣ ਦਾ ਕਿਹੋ ਜਿਹਾ ਪ੍ਰਬੰਧ ਹੈ, ਪਲੇਟਫਾਰਮ ਦੇ ਉੱਤੇ ਕਿਹੋ ਜਿਹਾ ਪ੍ਰਬੰਧ ਹੁੰਦਾ ਹੈ, ਰੇਲ ਲਾਈਨਾਂ ਦਾ ਕਿਹੋ ਜਿਹਾ ਪ੍ਰਬੰਧ ਹੈ। ਪਰ ਆਪਾਂ ਟਾਰਾਂ ਮਾਰਨ ਦੇ ਵਿੱਚ, ਅਸੀਂ ਸ਼ੇਖੀਆਂ ਮਾਰਨ ਦੇ ਵਿੱਚ ਬਹੁਤ ਕਮਾਲ ਕਰ ਜਾਂਦੇ ਹਾਂ। ਜਿਹੜੀ ਨਵੀਂ ਖਬਰ ਆਈ ਹੈ ਨਵੀਂ ਦਿੱਲੀ ਦੇ ਵੱਲੋਂ, ਇੱਥੇ ਤਾਂ ਜੋ ਰਿਪੋਰਟ ਮਿਲੀ ਆ ਉਹਨੇ ਹੈਰਾਨ ਹੀ ਕਰ ਦਿੱਤਾ। ਰਿਪੋਰਟ ਇਹ ਦੱਸਦੀ ਹੈ ਕਿ ਜਿਹੜੇ ਚਾਹ ਬਣਾਉਣ ਵਾਲੇ ਹੁੰਦੇ ਆ, ਜਿਹੜੇ ਚਾਹ ਵੇਚਦੇ ਆ, ਉਹ 10 ਰੁਪਏ ਦਾ ਕੱਪ ਦਿੰਦੇ ਆ, 15 ਦਾ ਦਿੰਦੇ ਆ ਜਾਂ 5 ਦਾ, ਇਹ ਬਾਅਦ ਦੀ ਗੱਲ ਹੈ। ਉਹ ਜਿਹੜੀ ਟੋਇਲਟ ਬਣੀ ਹੁੰਦੀ ਆ ਰੇਲ ਦੇ ਡੱਬੇ ਦੇ ਵਿੱਚ, ਉਹਦੇ ਵਿੱਚੋਂ ਪਾਣੀ ਲੈ ਕੇ ਚਾਹ ਬਣਾਈ ਜਾਂਦੇ ਆ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਵਾਲ ਉੱਠੇ ਆ, ਕਦੇ ਸ਼ਤਾਬਦੀ ਐਕਸਪ੍ਰੈਸ ਬਾਰੇ, ਕਦੇ ਕਿਸੇ ਹੋਰ ਰੇਲ ਗੱਡੀ ਬਾਰੇ, ਵੀ ਜਿਹੜੇ ਮੁਸਾਫਰ ਖਾਣਾ ਖਾਂਦੇ ਆ ਉਹਨਾਂ ਨੂੰ ਖਾਣਾ ਸਹੀ ਨਹੀਂ ਮਿਲਦਾ। ਜਿਹੜਾ ਰੇਲ ਵਿਭਾਗ ਦੇ ਵੱਲੋਂ ਖਾਣਾ ਮੁਹੱਈਆ ਕਰਵਾਇਆ ਜਾਂਦਾ, ਕਦੇ ਉਹਦੇ ਵਿੱਚ ਸੁੰਡੀਆਂ ਹੁੰਦੀਆਂ, ਕਦੇ ਕਿਸੇ ਚੀਜ਼ ਦੇ ਵਿੱਚ ਕੋਕਰੇਜ ਹੁੰਦੇ ਆ, ਪਰ ਹੁਣ ਤਾਂ ਕਮਾਲ ਹੀ ਹੋ ਗਈ ਹੈ। ਪਾਣੀ ਵੀ ਉਹ ਵਰਤਿਆ ਜਾਂਦਾ ਜਿਹੜਾ ਜੰਗਲ ਪਾਣੀ ਵਾਲੇ ਥਾਂ ਦੇ ਉੱਤੇ ਰੱਖਿਆ ਹੁੰਦਾ ਹੈ ਜਾਂ ਜਿਹੜਾ ਉੱਥੇ ਟੂਟੀਆਂ ਦੇ ਵਿੱਚ ਆਉਂਦਾ। ਇਹਦੇ ਉੱਤੇ ਬਹੁਤ ਵੱਡਾ ਵਿਵਾਦ ਪੈਦਾ ਹੋਇਆ ਅਤੇ ਹੁਣ ਪਤਾ ਲੱਗਾ ਸਰਕਾਰ ਦੇ ਵੱਲੋਂ ਸੰਬੰਧਿਤ ਵੈਂਡਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ। ਪਹਿਲਾਂ ਵੇਰਵਾ ਸਾਂਝਾ ਕਰਦੇ ਹਾਂ, ਫਿਰ ਕਰਦੇ ਹਾਂ ਟਿੱਪਣੀ। ਇੱਕ ਪਾਸੇ ਜਿੱਥੇ ਸਰਕਾਰ ਬੁਲਟ ਟ੍ਰੇਨ ਵਰਗੇ ਦਾਅਵੇ ਕਰ ਰਹੀ ਹੈ, ਉੱਥੇ ਦੂਜੇ ਪਾਸੇ ਰੇਲਵੇ ਦੀ ਅਜਿਹੀ ਤਸਵੀਰ ਸਾਹਮਣੇ ਆਈ ਜਿਸ ਨੇ ਹਰ ਕਿਸੇ ਨੂੰ ਪਰੇਸ਼ਾਨ ਕਰ ਦਿੱਤਾ। ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਵੀਡੀਓ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਕਿ ਟ੍ਰੇਨ ਦੇ ਟਾਇਲਟ ਦੇ ਪਾਣੀ ਨੂੰ ਚਾਹ ਬਣਾਉਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ। ਇਸ ਘਟਨਾ 'ਤੇ ਰੇਲਵੇ ਦੇ ਵੱਲੋਂ ਐਕਸ਼ਨ ਲਿਆ ਗਿਆ ਅਤੇ ਵੈਂਡਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਰੇਲਵੇ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪਿਛਲੇ ਸਾਲ ਦਸੰਬਰ ਮਹੀਨੇ ਦਾ ਇਹ ਵੀਡੀਓ ਹੈ, ਟਾਇਲਟ ਦੇ ਪਾਣੀ ਨਾਲ ਚਾਹ ਬਣਾਉਣ ਦੀ ਘਟਨਾ। ਹੈਦਰਾਬਾਦ ਦੇ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਚੇਨਈ ਸੈਂਟਰਲ ਹੈਦਰਾਬਾਦ ਚਾਰ ਮੀਨਾਰ ਐਕਸਪ੍ਰੈਸ ਦੇ ਵਿੱਚ ਹੋਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਲੰਮੀਆਂ ਚੌੜੀਆਂ ਟਾਰਾਂ ਮਾਰਨ ਤੋਂ ਪਹਿਲਾਂ ਰੇਲ ਦੇ ਸਾਰੇ ਪ੍ਰਬੰਧਾਂ ਨੂੰ ਜਿਹੜੇ ਕਿ ਅੰਗਰੇਜ਼ਾਂ ਦੇ ਵੇਲੇ ਤੋਂ ਚੱਲ ਰਹੇ ਆ ਉਹਨਾਂ ਨੂੰ ਸੁਧਾਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਇਸ ਵਕਤ ਸਾਨੂੰ ਹੋਰ ਲੰਮੀਆਂ ਛੱਡਣ ਦੀ ਥਾਂ ਦੇ ਉੱਤੇ ਵਰਤਮਾਨ ਸਥਿਤੀ ਨੂੰ ਅਸਲ ਅਰਥਾਂ ਦੇ ਵਿੱਚ ਸਮਝਣ ਦੀ ਜ਼ਰੂਰਤ ਹੈ। ਚਾਹੀਦਾ ਇਹ ਹੈ ਕਿ ਰੇਲ ਦੇ ਮੁਸਾਫਰਾਂ ਦੇ ਲਈ ਸਹੂਲਤਾਂ ਪੈਦਾ ਕੀਤੀਆਂ ਜਾਣ, ਜਿਹੜੇ ਰੇਲ ਕੋਚ ਆ ਉਹਨਾਂ ਦੇ ਅੰਦਰ ਸੁਧਾਰ ਕੀਤੇ ਜਾਣ, ਜਿਸ ਤਰੀਕੇ ਦੀਆਂ ਹਰ ਰੋਜ਼ ਵੱਖ ਵੱਖ ਥਾਵਾਂ ਦੇ ਉੱਤੇ ਰੇਲ ਦੁਰਘਟਨਾਵਾਂ ਵਾਪਰਦੀਆਂ ਉਹਨਾਂ ਨੂੰ ਰੋਕਣ ਦੇ ਲਈ ਕੁਝ ਕੀਤਾ ਜਾਵੇ। ਜੇਕਰ ਟਾਇਲਟਾਂ ਦੇ ਪਾਣੀ ਦੇ ਨਾਲ ਚਾਹ ਬਣਾ ਕੇ ਅਤੇ ਉਹ ਮੁਸਾਫਰਾਂ ਨੂੰ ਵਰਤਾਈ ਜਾਂਦੀ ਹੈ ਤਾਂ ਅਸੀਂ ਸਮਝ ਸਕਦੇ ਹਾਂ ਵੀ ਇਸ ਦੇਸ਼ ਦੇ ਵਿੱਚ ਭਾਰਤ ਦੇ ਅੰਦਰ ਬੁਲਟ ਟ੍ਰੇਨ ਕਦੋਂ ਕੁ ਚੱਲ ਸਕਦੀ ਹੈ ਅਤੇ ਉਹ ਕਾਮਯਾਬ ਕਿੰਨੀ ਕੁ ਹੋ ਸਕਦੀ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ, ਤੁਹਾਡੀ ਬਹੁਤ ਬਹੁਤ ਮਿਹਰਬਾਨੀ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।